हाँ जी, जिहड़ी लोक अदालत लगी है इस साल 2023 की आखिरी नैशनल लोक अदालत है, जिहड़ी कि नालसा ते पलसा की डायरेक्शन ते BLSA कन्नों मैनेज की गई है। डिस्ट्रिक्ट हैडक्वाटर श्री मुक्तसर साहब ते दोने सब डिवीजन मलोड ते गिदड़वाह ते, इहदे विच तकरीबन असीं 7000 केस टेकअप किया, जिहदे विच सिविल केस ने, क्रिमिनल कंपाउंडेबल केस ने, ट्रैफिक केस ने, रेवन्यू मैटर्स ने, तो जिहड़ी परमानेंट लोक अदालत है उहदे विच जिहड़े पब्लिक यूटिलिटी सर्विसिज दे केस ने, ये सारे केस ने। जिहड़े सिविल केस समझौता हुंदे ने उहनां 'च असीं कोर्ट फी वी रिफंड करदे हां पब्लिक नूं। सर किन्ने हुण तक केसिस दी सुनवाई हो चुकी है ते किन्ने क लोकां नूं इत्थों फायदा हो चुका? तकरीबन असीं 5500 केस दी हुण तक सुनवाई हो चुकी है, बाकी सानूं जिहड़ा 1500 केस बचदा है ਉਹ ਅਸੀਂ ਬਾਅਦ ਦੁਪਹਿਰ ਵਾਲੇ ਸੈਸ਼ਨ ਦੇ ਵਿੱਚ ਟੇਕਅਪ ਕਰ ਲਿਆ। ਲੋਕ ਅਦਾਲਤ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਕੀ ਲਾਭ ਮਿਲਦਾ ਹੈ ਲੋਕ ਅਦਾਲਤ ਵਿੱਚ ਕੇਸ ਲਾਉਣ ਜਿਹੜੇ ਹੈਗੇ ਆ? ਹੁਣ ਤੱਕ ਜਿਹੜੀਆਂ ਇਸ ਸਾਲ 'ਚ ਕਿੰਨੀਆਂ ਲੋਕ ਅਦਾਲਤਾਂ ਲੱਗ ਚੁੱਕੀਆਂ? ਲੋਕ ਅਦਾਲਤ ਦੇ ਵਿੱਚ ਕੇਸ ਲਵਾਉਣ ਦਾ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੁੰਦਾ ਕਿ ਜਿਹੜਾ ਲੋਕ ਅਦਾਲਤ ਦਾ ਫੈਸਲਾ ਹੈ ਉਹ ਜਿਵੇਂ ਸਿਵਲ ਕੋਰਟ ਦੀ ਡਿਗਰੀ ਹੁੰਦੀ ਹੈ ਉਵੇਂ ਐਗਜੀਕਿਊਟੇਬਲ ਹੁੰਦਾ ਅਤੇ ਬਾਈਂਡਿੰਗ ਹੁੰਦਾ, ਉਹਦੇ ਖਿਲਾਫ ਕੋਈ ਅਪੀਲ ਨਹੀਂ ਲੱਗਦੀ। ਦੂਸਰੇ ਜਿਹੜੇ ਦੋ ਫਾਇਦੇ ਨੇ, ਇੱਕ ਤਾਂ ਲੋਕਾਂ ਦਾ ਸਮਾਂ ਬਚਦਾ, ਤੀਜਾ ਪੈਸੇ ਵੀ ਬਚਦਾ ਉਹਨਾਂ ਦਾ, ਕਿਉਂਕਿ ਜਲਦੀ ਲਿਟੀਗੇਸ਼ਨ ਖਤਮ ਹੋ ਜਾਂਦੀ ਹੈ, ਜਿਹੜੇ ਉਹਨਾਂ ਦੇ ਹਰ ਡੇਟ 'ਤੇ ਐਕਸਪੈਂਸਿਸ ਹੁੰਦੇ ਨੇ ਉਹ ਵੀ ਬਚ ਜਾਂਦੇ ਨੇ, ਦਵਾਨੀ ਕੇਸ ਦੇ ਵਿੱਚ ਕੋਰਟ ਫੀਸ ਵਾਪਸ ਹੋ ਜਾਂਦੀ ਹੈ। ਕਿਹੜੇ ਕਿਹੜੇ ਕੇਸ ਜਿਹੜੇ ਲੋਕ ਅਦਾਲਤ ਵਿੱਚ ਚਲਾਏ ਜਾ ਸਕਦੇ? ਲੋਕ ਅਦਾਲਤ 'ਚ ਸਾਰੇ ਤਰ੍ਹਾਂ ਦੇ ਕੇਸ ਲਗਾਏ ਸਕਦੇ ਨੇ, ਐਕਸੈਪਟ ਜਿਹੜੇ ਨੋਨ ਕੰਪਾਊਂਡੇਬਲ ਕ੍ਰਿਮੀਨਲ ਕੇਸ ਨੇ। ਸਰ ਜਿਵੇਂ ਟ੍ਰੈਫਿਕ ਨੂੰ ਲੈ ਕੇ ਜਾਂ ਚੈੱਕਾਂ ਨੂੰ ਲੈ ਕੇ ਉਹਨਾਂ 'ਚ ਕੋਈ ਬੈਨੀਫਿਟ ਮਿਲਦਾ? ਚੈੱਕ ਦੇ ਜਿਹੜੇ ਕੇਸ ਨੇ ਉਹ ਚੈੱਕ ਬਾਊਂਸਿੰਗ 'ਚ ਕੰਪਾਊਂਡ ਹੋ ਜਾਂਦਾ, ਉਹ ਟ੍ਰਾਇਲ ਸਟੇਜ 'ਤੇ ਵੀ ਹੋ ਜਾਂਦਾ, ਐਪੀਲੇਟ ਸਟੇਜ 'ਤੇ ਵੀ ਹੋ ਜਾਂਦਾ, ਕਿਉਂਕਿ ਕੰਪਾਊਂਡੇਬਲ ਅਫੈਂਸ ਹੈ। ਉਹਦੇ ਵਿੱਚ ਜਦੋਂ ਪਾਰਟੀਆਂ ਨਾਲ ਸਮਝੌਤਾ ਕਰਾਉਂਦੇ ਹਾਂ, ਮਦਈ ਨੂੰ ਇਹ ਲਾਲਚ ਹੁੰਦਾ ਵੀ ਮੇਰੇ ਪੈਸੇ ਮਿਲ ਰਹੇ ਨੇ, ਮੈਂ ਥੋੜ੍ਹੇ ਪੈਸੇ ਛੱਡਦਾ। ਅਤੇ ਬੈਂਕਾਂ ਦਾ ਵੀ ਸੇਮ ਪੋਜੀਸ਼ਨ ਹੈ, ਜਿੱਥੇ ਬੈਂਕ ਕੰਪਲੇਨੈਂਟ ਨੇ ਉਹ ਵੀ ਕਾਫੀ ਇੰਟਰਸਟ ਦਾ ਪਾਰਟ ਛੱਡ ਕੇ ਘੱਟ ਪੈਸੇ ਸਮਝੌਤਾ ਕਰ ਲੈਂਦੇ। ਸਰ ਇਹਨਾਂ ਦੀ ਕੋਈ ਅਪੀਲ ਦਲੀਲ ਕੀਤੀ ਜਾ ਸਕਦੀ? ਨਹੀਂ, ਜਿਹੜਾ ਲੋਕ ਅਦਾਲਤ ਦਾ ਵਾਰਡ ਹੈ ਉਹਦੀ ਕੋਈ ਅਪੀਲ ਨਹੀਂ ਕੀਤੀ ਜਾ ਸਕਦੀ।